ਜਿਹੜੂ ਬਿਗ ਕ੍ਰਿਕਟ ਕੱਪ ਦਾ ਪਹਿਲਾ ਪੂਲ ਕਲੀਅਰ ਮੈਚ, ਪਹਿਲੇ ਦਿਨ ਦਾ ਪਹਿਲਾ ਪੂਲ ਕਲੀਅਰ ਮੈਚ, ਸੂਈਆਂ ਕਲਾਂ ਤੇ ਨੂਰਪੁਰ ਬੇਟ ਦਾ। ਆਉਣ ਕੇ ਟੀਮਾਂ ਅਗਲੇ ਮੈਚ ਵਾਸਤੇ ਬੇਨਤੀ ਆ ਭਰਾਵਾਂ ਨੂੰ, ਅੱਜ ਦਾ ਪਹਿਲਾ ਪੂਲ ਕਲੀਅਰ ਮੈਚ ਜਿਹੜਾ ਖੇਡੇ ਜਾ ਰਹੇ ਮੇਰੇ ਵੇਖੇ ਗਰਾਊਂਡ ਦੇ ਅੰਦਰ, ਇੱਕ ਪਾਸੇ ਦੇ ਵੀ ਨੂਰਪੁਰ ਬੇਟ ਦੀ ਟੀਮ ਖੇਡ ਰਿਹਾ, ਕਹਿੰਦੇ ਕੁਨਾਲ ਸ਼ਰਮਾ ਮੇਰੇ ਵੀਰੋ ਸਾਡੀ ਖੇਡ ਖੇਡ ਦਾ ਧੁਨਾ ਦੁਨੀਆਂ ਕਹਿੰਦੀ ਮੇਰੇ ਵੀਰੋ, ਚਰਚੇ ਕਿੰਨੇ ਵੱਡੇ ਆ ਕ੍ਰਿਕਟ ਦੀ ਦੁਨੀਆਂ ਦੇ ਅੰਦਰ, ਲੈ ਵੀ ਧਾਰਮਿਕ ਵਾਲਿਆ ਪਹਿਲਾ ਪੂਲ ਕਲੀਅਰ ਮੈਚ ਆਓ ਜਿਹੜਾ ਖੇਡੇ ਜਾ ਰਿਹਾ ਮੇਰੇ ਵੀਰੋ ਖੇਡ ਗਰਾਊਂਡ ਦੇ ਅੰਦਰ। ਦੂਸਰੇ ਪਾਸੇ ਦੇ ਵੀ ਦੁਆਬੀ ਰੰਗ ਨੇ ਮਾਣ ਕਮਾਮੀ ਰੰਗੇ ਦੇ ਹੰਟਰ ਸੁਖੀ ਕਹਿੰਦੇ ਕਮਾਮ ਦੀ ਧਰਤੀ ਦਾ ਜਿਹੜਾ ਪਿੱਛੇ ਕੀਪਰ ਖੜਾ ਬੱਚੇ ਦੇ ਮਾਤਾ ਵੀ ਲਾਈਵ ਦੇਖ ਰਹੇ ਨੇ, ਸੁਮਨ ਰਾਣੀ ਜੀ ਕਹਿੰਦੇ ਤੁਹਾਡਾ ਲਾਈਵ ਤੇ ਅਸੀਂ ਬਹੁਤ ਬਹੁਤ ਧੰਨਵਾਦ ਜੀ। ਹੋ ਗਿਆ ਉਰੇ ਬੁੱਤਾਂ ਦੇ ਬਾਲ 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 ਆਓ ਮੁੰਡਾ ਕਿਹਦੇ ਵੱਲ ਪਾਉਣ ਲਈ ਤਿਆਰ ਮੇਰੇ ਵੀਰੋ, ਮਣੀ ਸੁਭਰਾਵਾ ਜੀ ਸ਼ੇਅਰ ਕਰ ਦਿਓ ਸਾਹਮਣੇ ਫੇਰ ਆਏ ਬਹੁਤ ਸ਼ਰਮਾ
ਥੈਂਕ ਯੂ ਮੰਗੀ ਵੀਰੇ, ਸ਼ੇਅਰ ਕਰ ਦੋ ਮੇਰਾ ਭਰਾ, ਤੁਹਾਡੇ ਸ਼ੇਅਰ ਦੀ ਲੋੜ ਆਪਾਂ ਨੂੰ। ਉਹ ਪੱਲੇ ਮੈਕਸਵੈਲ ਔਨ ਫਾਇਰ, ਮੇਰੇ ਤੁਹਾਡੇ ਸਾਥ ਦੀ ਲੋੜ ਆ। ਇੱਕ ਤਾਂ ਤੁਹਾਡੇ ਤੁਸੀਂ ਫੋਲੋ ਕਰੋ, ਇਹਨੂੰ ਮੈਨੂੰ ਫੋਲੋਵਰ ਦੀ ਲੋੜ ਆ ਵੀਰੇ। ਤੁਸੀਂ ਇਹ ਪੇਜ ਨਵਾਂ ਵਾ, ਇਹਨੂੰ ਫੋਲੋ ਕਰ ਲਓ। ਮੈਕਸਵੈਲ ਕੰਮ ਕਰ ਰਹੀ ਹੁਣ ਕਦੇ ਕੰਮ ਆ ਗਿਆ। ਇਹਦਾ ਕਦੇ ਮੇਰੇ ਵੀਰੋ ਸੋਹਣਾ ਕਿਆ ਭੰਗ ਹੈ। ਓਵਰ ਸਮਾਪਤ ਦੱਸੀਏ ਜੀ, ਜਿੰਨੇ ਸੱਤ ਪੱਤ ਜਿਹੜੇ 18 ਮੋਟਰਸਾਈਕਲ ਤੇ 2 ਗੱਡੀਆਂ ਜਿਹੜੀਆਂ ਨੇ ਮੇਰੇ ਵੀਰੋ, ਇਹ ਆ ਪੂਰੇ ਰਵੀ ਟੂਰਨਾਮੈਂਟ ਦੇ ਦੀ ਧਰਤੀ ਦਾ ਖਿਡਾਰੀ। ਆਹ ਚੱਪੇ ਬਹੁਤ ਵੱਡੇ ਆ, ਇਹ ਦੁਨੀਆ ਗਲੋਬਲ ਪੋਇੰਟ ਦੇ ਨਾਮ ਦੇ ਨਾਲ ਨਾਲ ਜਾਣਦੀ ਮੇਰੇ ਵੀਰੋ। ਪੰਜਾਬ ਦੇ ਕਈ ਕੋਨੇ ਮੁੰਡੇ ਦੇ ਵਿੱਚ ਨਾਮ ਲਵੀ ਟੂਰਨਾਮੈਂਟ ਦੇ ਰਵੀ ਦਾ ਪ੍ਰਸਿੱਧ ਹੋਇਆ ਹੈ। ਲਾਓ ਸਾਹਮਣੇ ਮੁੰਡਾ ਸੁਣੇ, ਆਹ ਬੱਲੇ ਬੱਲੇ ਘਰਾਉਂਦਾ ਮੇਰੇ ਵੀਰੋ। ਆਹ ਦੁਆਬੇ ਦੇ ਵਿੱਚ ਚੜ੍ਹਦਾ ਮੁੰਡ ਵੀ ਝਾਈ ਹੈ, ਆਹ ਸਿਰਾ ਹੋਇਆ ਪਿਆ ਅਸੀਂ ਧਰਵਾਲ ਕਰਾਂਗੇ ਕੱਲਾ ਕੱਲਾ ਕਦਮ ਕੱਲਾ ਕੱਲਾ
ਆਪਣੇ ਸਿਰ ਕੱਢੀ ਮੇਰੇ ਵੀਰੋ ਪਰਾ ਉਸ ਸਾਹਮਣੇ ਕਹਿੰਦੇ ਮੁੰਡਾ ਕਮਾਨ ਕਰਨਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਰਵੀ ਚੂਰ ਮੰਦਰ ਦੀ ਧਰਤੀ ਦਾ ਬੱਲੇ ਬੱਲੇ ਕਰਾਉਂਦਾ ਹੈ ਸ਼ੇਸ਼ਵਰ ਵਰਗਾ ਦੋਮਰ ਤਰਤਾਲੀ ਹੋ ਗਏ ਵੀਰੇ ਦੋ ਵਾਰ ਤਰਤਾਲੀ ਮਲੋਕਪੁਰ ਪਤਾ ਨੀ ਐਂਟਰ ਕਰ ਦੋ ਲਾਈਕ ਕਰ ਦੋ ਪਿਆਰ ਹੈ ਨਾਮ ਵੱਡਾ ਦੂਜੇ ਪਾਸੇ ਕੁਵਤ ਆਹ ਮੇਰੇ ਪਿਆਰ ਵੱਡਿਆ ਫੇਰ ਲਾਲ ਸਾਹਮਣੇ ਬਾਰ ਬਾਰ ਲਈ ਮੁੰਡਾ ਕਹਿੰਦੇ ਫੇਰ ਟਾਸਕ ਦਾ ਉੱਜੜਾ ਮੇਰੇ ਆਖਰੀ ਹੈ ਪਰ ਮੁੰਡਾ ਕਹਿੰਦੇ ਜ਼ੋਰ ਨਾ ਹੋਇਆ ਗੇਮ ਮੈਦਾਨ ਦੇ ਅੰਦਰ ਹੈ ਕੀ ਕਰੋ ਕਨਾਲ ਕਰ ਗਿਆ ਵੀਰੇ ਵੀਰੋ ਬਾਹਰ ਪਾਉਣ ਲਈ ਫੇਰ ਮੁੰਡਾ ਕਹਿੰਦੇ ਪਿਆਰ ਵਰ ਪਿਆਰ ਹੈ ਉਹ ਖੇਡ ਗਰਾਊਂਡ ਦੇ ਅੰਦਰ ਮੇਰੇ ਵੀਰੋ ਸਵਾਦ ਵਜਿਆ ਹੋਇਆ ਹੈ ਕਿ ਇਸ਼ਕੇ ਦਾ ਪੈਰੀ ਰਿਹਾ ਮੁੱਢ ਤੋਂ ਸਮਾਨ ਲਈ ਸੁਣਾ ਸੁਣਾ ਜਾਪੂ ਤੈਨੂੰ ਭਾਈ ਦਾ ਸਵਾਦ ਲਈ ਟੱਕਰੀ ਜਹੀ ਦੁਕਦੇ ਵੱਡੀ ਆਈਡੀਆ ਉਹ ਮੈਜਰ ਕਰ ਦਿਓ ਬਹੁਤ ਤਗੜਾ ਮੈਚ ਲੱਗ ਗਿਆ ਪੂਲ ਕਲੀਅਰ ਹੁੰਦੇ ਜਿਹੜੇ ਮੁਰਕੇ ਨਹੀਂ ਅਗਲਾ ਮੈਚ ਟਕਰਾਓ ਮੰਡੀ ਦੇ ਆਦਮਪੁਰ ਦਾ ਹੋਣਾ ਹੋਰ ਤਗੜਾ ਮੈਚ ਰਾਣੀਪੁਰ ਦੇ ਚੱਲ ਕੇ ਦੋਨੇ ਭਰਾ ਸਾਡੇ ਪਿਆਰ ਹੈ ਬੀਬੀ ਭਾਜੀ ਦੇ ਨਾਲ ਜੀ ਬਹੁਤ ਬੜਾ ਧੰਨਵਾਦ ਹੈ ਦੋਨੇ ਅੰਪਾਇਰ ਖਿਲਾੜੀਆਂ ਦਾ ਜੀ ਭਰਾ ਸਵੇਰ ਤੋਂ ਲੱਗਿਆ ਸੇਵਾ ਸਾਂਝੀਆਂ ਡਿਊਟੀਆਂ ਸਾਂਝੀਆਂ ਬਹੁਤ ਬੜਾ ਧੰਨਵਾਦ ਹੈ ਮੈਂ ਵੀ ਅਰਮਾਨ ਬਾਈ ਇੱਕ ਧੰਨਵਾਦ ਪਿਆਰਾਂ ਨੂੰ ਤੁਹਾਨੂੰ ਹੀ ਕਰਦੇ ਬਾਈ ਬਣ ਕੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਮੇਰੇ ਵੀਰੋ ਬਹੁਤ ਵੱਡੀ ਸੇਵਾ ਕਰ ਰਹੇ ਭਰਾ ਸਾਡੇ ਔਰ ਅੰਪਾਇਰ ਵੀ ਬੜੀ ਵਧੀਆ ਕੀਤੀ ਹੈ ਰਾਣੀ ਪੁਰਾ ਸਰਪੰਚ ਰਣਜੀਤ ਸਿੰਘ ਵੀਰ ਸੇਵਾ ਦੇ ਧੰਨਵਾਦ ਹੈ ਨਾਲ ਬਾਈ ਵੀ ਰਾਣੀਪੁਰ ਦਾ ਇਹਨਾਂ ਦੋਨਾਂ ਦੀਆਂ ਧੰਨਵਾਦ ਇਧਰਲੇ ਪਾਸੇ ਮੈਂ ਵੀ ਤਾਪੀਆਂ ਨੇ ਧਾਣੀ ਸਿਰੇ ਵੀ ਲੱਗੀ ਹਾਂ ਧਾਣੀ ਸਿਰੇ ਲਾਉਣੀ ਪੈਣੀਆਂ ਲੋਕਾਂ ਨੂੰ ਨਜ਼ਾਰਾ ਆਉਣਾ ਚਾਹੀਦਾ ਵੀ ਲੋਕਾਂ ਨੂੰ ਨਜ਼ਾਰਾ ਆਉਣਾ ਚਾਹੀਦਾ ਇੱਕ ਆਪ ਪਾਰ ਦੇਖ ਰਿਹਾ ਕਰਨਾ ਪੈਣਾ ਲੱਖਾ ਬਾਈ ਰਾਜਪੁਰਿਆ ਭਰਾ ਸਦਾ ਬਹੁਤ ਬੜਾ ਧੰਨਵਾਦ ਲੱਖੇ ਬਾਈ ਦਾ ਕਰੀਏ ਭਰਾ ਛੇ ਤੋਂ ਆਉਂਦੇ ਪਹੁੰਚੇ ਬਹੁਤ ਬੜਾ ਧੰਨਵਾਦ ਹੈ ਮੇਰੇ ਵੀਰੋ ਲਓ ਸਾਹਮਣੇ ਬਣਵਾਉਣ ਲਈ ਫੇਰ ਪਰ ਕਹਿੰਦੇ ਛੋੜੀ ਬਾਲ ਤੇ ਸੋਹਣਾ ਕਹਿੰਦੇ ਅੱਠ ਲਾਇਆ ਮੇਰੇ ਵੀਰੋ ਉਧਰਲੇ ਪਾਸੇ ਸਿੰਗਰ ਕਰੇ ਵਾਜੋ ਵੀ ਧਰਮ ਬੋਟੀਆਂ ਵਾਲੇ ਨੇ ਜੋੜ ਦਿੱਤੇ ਸੀ ਆਓ ਸਾਹਮਣੇ ਮੁੰਡੇ ਨੇ ਕਮਾਲ ਕਰ ਰੱਖੀ ਹੈ ਆਸ਼ੂ ਪਤਾ ਨਹੀਂ ਮੇਰੇ ਕਿਹਦੀ ਟੀਮ ਚ ਹੈ ਆ ਮੁੰਡੇ ਨੇ ਹੁਣ ਤੱਕ ਸਰੇ ਸਰੀਆਂ ਵਾਲਾ ਭੱਜਾ ਇਹਨੂੰ ਤਜਰਬਾ ਬਹੁਤ ਦਾ ਕਾਸਤਰਾ ਇਹ ਅੱਜ ਟੋਪੀ ਮੇਰੇ ਮਿੱਤਰੋ ਦੁਨੀਆਂ ਦਾ ਮਹਾਨ ਬਣ ਗਿਆ ਤੇ ਗੱਲਾਂ ਜਦ ਹੁੰਦੀਆਂ ਨੇ ਆਓ ਸਾਹਮਣੇ ਫੇਰ ਖਿਡਾਰੀ ਨੇ ਫੁੱਟ ਹੋਇਆ ਪਹਿਲੀ ਵਾਰ ਸਾਹਮਣੇ ਕਮਾਲ ਬੜੀ ਹੋਈ ਪਈ ਹੈ ਟੋਪ ਦੀ ਗੱਲ ਉਹਦੀ ਪ੍ਰਾਪਤੀ
ਮੈਂ ਦੇਖਦਾ ਚਰੰਜਿਆ ਬਣ ਗਏ ਚਰੰਜਿਆ ਬਣ ਗਿਆ ਫਿਰ ਬਣਾਉਣ ਦੇ ਅੰਦਰ ਸਾਗੀ ਕਰਕੇ ਚਰੰਜਿਆ ਬਣ ਗਿਆ ਹੈ ਨਾ ਉਸ ਸਾਹਮਣੇ ਵੱਲ ਕੀ ਨਹੀਂ ਕਰਨੀ ਮੇਰੇ ਵੀਰ ਖੇਡ ਬਣਾਉਣ ਦੇ ਅੰਦਰ ਸਾਹਮਣੇ ਪੈਂਦੀ ਧੰਨਵਾਦ ਕੁਨਾਲ ਸ਼ਰਮਾ ਜੀ ਸਾਡਾ ਭਰਾ ਸਾਈਮਨ ਲੁਧਿਆਣੇ ਵਾਲਾ ਤੇ ਬੰਗਾਲ ਦੇ ਵਿੱਚ ਕਦੇ ਝਾਰਖੰਡ ਚ ਕਦੇ ਅਸਾਮ ਚ ਧੁੰਮਾ ਪਾ ਰਿਹਾ ਸਾਡਾ ਭਰਾ ਪਰ ਮੈਨੂੰ ਲੱਗਦਾ ਮੁਰਨਾ ਪੈਣਾ ਉਣਾਸੀ ਹੋ ਗਏ ਵੀਰੇ
ਚਾਰ ਓਵਰ ਤੇ ਮਾਸੀ ਚਾਰ ਓਵਰ ਤੇ ਮਾਸੀ ਨੇ ਬਹੁਤ ਬਹੁਤ ਧੰਨਵਾਦ ਕਰੇ ਤੇ ਸਾਡੇ ਵੀਰ ਐਨ ਆਰ ਆਈ ਵੀਰ ਨੇ ਜਿਨ੍ਹਾਂ ਦਾ ਬਹੁਤ ਬੜਾ ਯੋਜਨਾ ਦੇ ਰਹੇ ਹੋ ਦੀਪ ਸਿੰਘ ਭੱਗੂ ਨਾਲ ਮੇਰੇ ਵੀ ਅਵਤਾਰ ਕਨੇਡਾ ਅਮਨ ਬਰਾੜ ਕਨੇਡਾ ਗੈਰੀ ਕਨੇਡਾ ਮਨਸੀਸ ਕਨੇਡਾ ਸਿੱਪੀ ਸ਼ਰਮਾ ਵੀਰ ਖੇਡੂ ਗੁਰੀ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਕਬੱਡੀ ਖਿਡਾਰੀਆਂ ਦੇ ਰਹੇ ਤੇ ਰੈਂਬੋ ਅਮਰਤ ਦੇ ਸ਼ਾਟ ਵਧੀਆ ਲੱਗਦੇ ਆ ਦੱਸੋ ਵੀਰੇ ਅਸ਼ਣੀ ਭਰਾ ਸਾਡਾ ਸੇਲਕੇ ਵਾਲੇ ਤੋਂ ਲਾਈਵ ਜੁੜਿਆ ਹੋਇਆ ਥੋੜੇ ਜਿਹੇ ਪਲੇਅਰ ਬਾਹਰ ਜਾਣ ਕਾਰਨ ਸੇਲਕੇ ਵਾਲੀ ਟੀਮ ਘੱਟ ਖੇਡਦੀ ਪਰ ਕਰੂਗੇ ਵਾਪਸੀ ਹੋਣਗੇ ਜਲ ਕਰੀਏ
ਮੋਟਰ ਸਾਈਕਲ ਲਾਇਆ ਹੋਇਆ ਤੇ ਗੱਲਾਂ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ। ਇਧਰ ਪਲ ਪਲ ਲਈ ਫੇਰ ਆਹ ਸਭਰੂ ਤਿਆਰ ਵਾ, ਤਿਆਰ ਅੱਗੇ ਲੈ ਲਾਂਗੇ ਪੁਲਟ ਜਦੋਂ ਦਿਨ ਚੰਗੇ ਆਉਣਗੇ। ਓਨਾ ਚਿਰ ਗੇੜੀ ਯਾਰ ਚੇਤ ਕੱਟੇ ਲਾਉਣਗੇ ਕਿ ਚੇਤ ਕਦੇ ਮੂਹਰੇ ਮੈਂ ਮੇਹਰ ਨਹੀਂ ਲਿਖਵਾਇਆ ਏ। ਆਹ ਨਵਾਂ ਨਵਾਂ ਪੈਰ ਮੈਂ ਯਾਰੋ ਤਰੱਕੀਆਂ ਦੇ ਪਾਇਆ ਏ, ਨਵਾਂ ਨਵਾਂ ਪੈਰ ਤਰੱਕੀਆਂ ਦੇ ਪਾਇਆ ਏ। ਆਹ ਸਾਹਮਣੇ ਸ਼ਾਟ ਬੱਬਲੇ ਦਾ ਜਿਹੜਾ ਆਉਂਦਾ ਯਾਰ ਉਹੀ ਛੱਕੇ ਮਾਰ ਦਿੰਦਾ ਵਾ ਬਾਈ ਯਾਰ ਮੇਰਾ ਨਾਗ ਬਾਈ। ਇਹ ਆਪਣਾ ਸੁੱਖੀ ਕਮਾਲ ਦੀ ਗੁੜੀਆ ਆ, ਸੁੱਖੇ ਦੀ ਕੁੜੀ ਅਗਲੇ ਉਹ ਪਰਾ ਹੁੰਦੀ ਨੇ ਜੇ ਕੋਈ ਹੱਥ ਲਾਵੇ ਤਾਂ ਰੋਂਦੀ ਬਹੁਤ ਆ। ਮੈਂ ਜੇ ਆਵਾਜ਼ ਮਾਰਦਾ ਤਾਂ ਵੀ ਨਹੀਂ ਆਉਂਦੀ। ਓ ਪੱਲੇ ਓਏ 38 ਪੈ ਗਏ ਲਾਸਟ ਓਵਰ ਦੇ ਵਿੱਚ ਵਿੱਚ 6-9 ਸਿੰਗਲ 38 ਰਨ ਬਣ ਗਏ ਵੀਰੇ। ਮਾਝੇ ਵਾਲੇ ਨੇ ਸਿਰਾ ਕਰਾ ਰੱਖਿਆ 118 ਪਾਪੇ ਨੇ ਰਣ ਮਾਰੀ ਹੁਣ ਪਾਪਾ ਜਿਹੜਾ ਜੀਰੋ ਨੇ ਤੋੜਦਿਆ ਸਵੇਰ ਦਾ ਅੰਡੇ ਅੰਡੇ ਬਣਾਈ ਜਾਂਦਾ ਉਹ ਸੰਧੂ ਜੀ ਵੀਰੇ ਬਹੁਤ ਤਗੜੀ ਬੈਣੇ ਕੀਤੀ ਬਾਈ ਯਾਰ। ਮਾਝੇ ਵਾਲੇ ਭਾਊਆਂ ਨੇ ਸਿਰਾ ਕਰਾ ਰੱਖਿਆ ਬਾਈ। ਪਿਛਲੇ ਸਾਲ ਵੀ ਆਹ ਟੀਮ ਕੁਆਟਰ ਖੇਡੀ ਸੀਗੀ। ਸੁਖਪਾਲ ਸਿੰਘ ਸੰਧੂ ਨੇ ਅੱਗ ਕੱਢੀ ਹੁੰਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰੇ ਮੇਰੇ ਵੀਰੋ। ਵਿਸ਼ੇਸ਼ ਤੌਰ ਤੇ ਜਿੰਦੀ ਬਾਈ ਉਹਨਾਂ ਦੀ ਧੰਨਵਾਦ ਬਾਈ ਟੀਮ ਨੂੰ ਲੈ ਕੇ ਮਾਝੇ ਤੱਕ ਜਾਂਦਾ ਉਹ ਵੀਰੇ ਲਾਈਵ ਨਹੀਂ ਰੁਕਿਆ ਗੱਗੀ ਵੀਰੇ ਸਹੀ ਚੱਲੀ ਜਾਂਦਾ ਬਾਈ ਨਹੀਂ ਰੁਕਿਆ। ਗ੍ਰਾਇਆ ਵਾਲਾ ਲਾਲੀ ਵੀ ਵੀਰੋ ਨੂਰਪੁਰ ਚੱਠੜਨ ਲਾਲ ਆਓ ਤਮਨ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨਾਲ ਜੁਗਲੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਕਰੇ ਧੰਨਵਾਦ ਕਰਾਂਗਾ ਮੇਰੇ ਵੀਰੋ। ਜਿਹੜੇ ਭਰਾ ਨੇ ਵੀ ਮੁੰਡੇ ਨਾਲ ਮੋਢਾ ਜੋੜ ਕੇ ਖੜੇ ਹੈ ਵੀ ਸਾਰੇ ਸਤਿਕਾਰਯੋਗ ਵੀਰੋ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਾਂਗੀ ਮੇਰੇ ਵੀਰੋ। ਬਹੁਤ ਬਹੁਤ ਧੰਨਵਾਦ ਮੇਰੇ ਲਾਈਵ ਫੀਲ ਲਈ ਆਉਣ ਦੇ ਥੱਲੇ ਨਾਲ ਆਹ ਜੋੜੀ ਧਾਰਨ ਬੱਤੀਆਂ ਕਰਨਾ ਪੈਣਾ ਬਾਈਏ ਦੋ ਮੈਚਾਂ ਚ ਕੁਛ ਨੀ ਕੀਤਾ ਆਹ ਵਾਲੇ ਮੈਚ ਸੰਧੂ ਸਾਹ ਪੱਤੇ ਹੋਏ ਆਹ ਟੀਮ ਕੁਝ ਨਾ ਕੁਝ ਕਰਨਾ ਪੈਣਾ ਪ੍ਰਾਪਤ ਕਮਾਉਣਾ ਵਾਲਾ
ਅਮਰਤ ਨੇ ਕਦੇ ਕਦੇ ਪਲੇਟ ਦਾ ਫੇਰ ਨਹੀਂ ਹੁੰਦਾ, ਇਹ ਗੱਲ ਪੱਕੀ ਆ ਮੇਰੇ ਵੀਰੋ, ਤੇ ਚਰਚੇ ਹੁੰਦੇ ਆ ਮੇਰੀ ਯਾਦ ਆ ਸਾਰੀ ਭੱਜ ਗਏ, ਮੇਰੀ ਬੇਟੀ ਆ ਵੀ ਗਰਾਊਂਡ 'ਚ ਆ ਜਾਂਦੀ, ਇਸ ਤੋਂ ਬਾਅਦ ਵੀ ਗਰਾਊਂਡ 'ਚ ਆ ਜਾਂਦੀ ਤੁਹਾਡੀ, ਕਿਉਂਕਿ ਸਮਾਂ ਤੋਂ ਬਹੁਤ ਥੋੜਾ ਹੈ, ਮੈਂ ਵੀ ਜਿਉਣੇ ਹੋਰ 113 ਦਾ ਟਾਰਗੇਟ ਆ ਤੇ ਝਟਕਾ ਲੱਗ ਗਿਆ ਬਹੁਤ ਵੱਡਾ, ਬਹੁਤ ਵੱਡਾ ਮੇਰੇ ਵੀਰੋ ਟੂਰਨਾਮੈਂਟ ਕਰੇ ਭਰਾ ਸਾਡੇ ਕੀਤਾ ਭਾਸ਼ਣ ਪਰਮਵੀਰ ਸੋਢੀ ਵਿਸ਼ੇਸ਼ ਤੌਰ ਤੇ ਜੋ ਹੈ ਅਮਰਜੀਤ ਬਾਈ ਬੜਾ ਪਿਆਰ ਹੈ ਤੇ ਨਾਲ ਕੀਤੀ ਸੀ ਨਾ ਆ ਗਿਆ ਔਰ ਯੰਗ ਸੈਂਚਰੀ ਮਾਰੀ ਬੈਠਾ ਅਗਲੇ ਮੈਚ ਦੇ ਵਿੱਚ ਵੀ 35-40 ਰਨ ਸੀ ਔਰ ਤਾਂ ਆਇਆ ਇਹ ਆਨੇ ਕੁਨਾਲ ਸ਼ਰਮਾ ਇਹ ਆਨੇ ਧੁਨਾ ਕਰੇ ਲੁੱਟੇ ਦੀ ਧਰਤੀ ਦਾ ਸਾਡੀ ਖੇਡ ਕ੍ਰਿਕਟੀ ਫੋਰ ਬੜਾ ਵਧੀਆ ਦੁਨੀਆ ਹੈ ਆਹ ਸਾਹਮਣੇ ਮੁੰਡੇ ਮੇਰੇ ਮਿੱਤਰੋ ਆਇਓ ਮੇਰਿਆ ਵੀਰੋ ਪਹਿਲੀ 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 ਪੈਗੀ ਹੈ ਵੀ ਪਹਿਲੀ ਪੈਗੀ ਵੀਰੋ ਪਹਿਲੀ ਤੁਸੀਂ ਜਾ ਫਿਰੀਏ ਵੀ ਲੱਡੂ ਪੜਵੀ ਕਿੰਨੇ ਲਿਆਉਣਾ ਕਰਿਓ ਕਰਿਓ ਸ਼ੇਅਰ ਵੀਰੇ ਮੈਚ ਨੂੰ ਨਾਲੇ ਪੇਜ ਨੂੰ ਫੋਲੋ ਕਰ ਲਓ ਵੀਰੇ ਪੰਜਾਬ ਸਪੋਰਟ ਵਾਈ ਪੇਜ ਨੂੰ ਫੋਲੋ ਕਰ ਲਓ ਲਾਈਕ ਤੇ ਫੋਲੋ ਕਰ ਲਓ ਫਿਰ ਕੁਝ ਵੀ ਹੋ ਸਕਦਾ ਪੈਗੀ ਬਾਲ ਔਰ ਸਾਹਮਣੇ ਪਾਵਰ ਬੰਦਰੇ ਸਰਵੀ ਵਾਲ ਕਰਦੀ ਹੈ ਕੋਈ ਚਰਚੇ ਆ ਵੀ ਕੱਲ ਨੂੰ ਭਾਕੇ ਪੈਣਗੇ ਕੱਲ ਨੂੰ ਜਿਹੜੀ ਬਿਨਾਂ ਜਿਹੜੇ ਦੇ ਅੱਗੇ ਨਿਕਲਣੀ ਹੈ ਕੱਲ ਵੀ ਮੈਚ ਨਿਕਲੇ ਹੈ ਬਹੁਤ ਤਗੜਾ ਓਵਰ ਕਰ ਰਿਹਾ ਜੌਨ ਸਰਕਾਰੀਆਂ ਨੇ ਹਾਲੇ ਤੱਕ ਉਹ ਬਾਲਰ ਉਸ ਬਾਲਰ ਦੇ ਓਵਰ ਤੇ ਮੈਚ ਦਾ ਬਹੁਤ ਕੁਝ ਰਿਜ਼ਲਟ ਵੀ ਮੁੰਡਾ ਮਾਝੇ ਵਾਲਾ ਵੇ ਸਰਪੰਚ ਦੇ ਫੈਸਲੇ ਹੈ ਚਾਰ ਦੇ ਸਾਡੇ ਜਿਹੜੇ ਕਰਤੇ ਮੁੰਡੇ ਨੇ ਖੇਡ ਗਰਾਊਂਡ ਵਿੱਚ ਸੱਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਥੇ ਅਗਲਾ ਵੀ ਕਹਿੰਦੇ ਮੈਚ ਚੱਤੀ ਦੱਸੇ ਦਾ ਜਾਣਾ ਮੇਰੇ ਮਿੱਤਰੋ ਤੇ ਗੱਲਬਾਤ ਕਰੇ ਪੁਰਾਣੇ ਲੱਗਣੀ ਹੈ ਬਾਕੀ ਚਰਚਾ ਅਗਲੇ ਪਾਸੇ ਮੇਰੀ ਬੇਨਤੀ ਹੈ ਬਾਈ ਅਗਲਾ ਮੈਚ ਵੀਰੇ ਜਗਰਾਓਂ ਮੰਡੀ ਦਾ ਖੇਡਿਆ ਜਾਣਾ ਵਾ ਆਦਮਪੁਰ ਦੇ ਨਾਲ ਵਾ ਉਹਦੀ ਬੈਸਟ ਮੈਚ 15 ਹੋ ਗਏ ਵੀਰੇ 15
ਜਗਰਾਓਂ ਮੰਡੀ ਦੇ ਵਿੱਚ ਹੈਗਾ ਗੋਪੀ ਮੰਡ, ਆਦਮਪੁਰ ਚ ਹਰਮਨ ਦੂਰੀ ਦੇ ਕਾਕਾ ਸ਼ਿਵਪੁਰੀ, ਬਹੁਤ ਬੜਾ ਧੰਨਵਾਦ ਰਵੀ। ਪਹਿਲਾ ਪੰਕਤੀ ਦਾ ਮੈਚ ਹੈ, ਆਓ ਆ ਗਿਆ ਸਾਹਮਣੇ, ਆਓ ਆ ਗਿਆ ਧਰਮ ਗੱਡੀਆਂ, ਆਓ ਸਾਹਮਣੇ ਕਹਿੰਦੇ ਆ ਗਿਆ ਖਿਡਾਰੀ ਮੇਰੇ ਵੀਰੋ, ਆਓ ਆ ਗਿਆ ਕਹਿੰਦੇ ਨਾਗਾ ਦਾ, ਆਓ ਸਾਹਮਣੇ ਕਹਿੰਦੇ ਸਾਰਾ ਮੋਟਰਸਾਈਕਲ ਪਏ ਹੈ, ਸਭ ਤੋਂ ਵੱਧ ਮੋਟਰਸਾਈਕਲ ਦਾ ਖਿਲਾਫ ਹੋਣਾ ਟੈਗੀ ਬਾਰ ਇਧਰਲੇ ਪਾਸੇ ਮਿਸੇ ਚਾਰ ਦੇ ਖਾਧੇ ਜਿਹੜੇ ਮੁੰਡੇ ਨੇ ਕਰਦੇ ਕਹਿੰਦੇ ਬਾਰ ਪਾਣੀ ਫੇਰ ਮੁੰਡਾ ਕਹਿੰਦੇ ਤਿਆਰ ਵਾ ਤਿਆਰ ਹੈ ਮੇਰੇ ਵੀਰੋ, ਆਓ ਸਾਹਮਣੇ ਵੇਖਾਂਗੇ ਉਧਰਲੇ ਪਾਸੇ ਮੁੰਡਾ ਕਹਿੰਦੇ ਇਸ ਸਮੇਂ ਤਿਆਰ ਵਾ ਤਿਆਰ ਹੈ ਮੇਰੇ ਵੀਰੋ। ਖੇਡ ਮੈਦਾਨ ਦੇ ਅੰਦਰ ਬੜੀ ਪਿਆਰੀ ਸਾਉਣ ਲੱਗੀ ਹੋਈ ਹੈ, ਨਜ਼ਾਰਾ ਵੱਖਰਾ ਵਧੀਆ ਹੋਇਆ ਮੇਰੇ ਵੀਰੋ, ਕਿ ਪਾਲਿਆਂ ਦੀ ਛਾਤੀ ਉੱਤੇ ਟੀਕੇ ਲਾਈਏ ਨਾ, ਬਿਨਾਂ ਸੇਵਾ ਕੀਤੇ ਦੇ ਲੰਗਰ ਖਾਈਏ ਨਾ, ਤੇ ਮਾਪੇ ਦਾ ਕਦੇ ਨਾ ਸੁਹਾਰਾ ਤੋੜੀਏ, ਤੇ ਸੂਟ ਝੰਡੇਰ ਲੱਗਾ ਦਾ ਤੋੜੀਏ, ਤੇ ਪਿੱਪਲ ਦੇ ਕਲੇ ਨੂੰ ਫੁੱਲ ਖਿੜਦੇ, ਆਹ ਧੀਆਂ ਮਾਰ ਕੇ ਨੀ ਕਦੇ ਟੱਪ ਮਿਲਦੇ, ਜੇ ਧੀਆਂ ਮਾਰਦੇ ਨੀ ਕਦੇ ਪੁੱਤਰਾਂ ਦੇ, ਆਹ ਜਗ੍ਹਾ ਦਾ ਕਦੇ ਸੱਜਣਾ ਨੀ ਮੇਰੇ ਵੀਰੋ, ਆਪਣੇ ਪਾਸੇ ਬਹੁਤ ਬਹੁਤ ਫੇਰ ਤੁਹਾਡਾ ਕਦੇ ਤਾਜੀਆਂ ਵੀ ਧਰਤੀ ਦਾ ਖਿਡਾਰੀ ਹੈ, ਆਹ ਧਿਆਨ ਦਾ ਪਿਆਰ ਹੈ ਮੇਰੇ ਵੀਰੋ, ਇੱਕ ਜਾਣ ਪਹਿਰ ਪਾਵੇ, ਆਹ ਪਾਈ ਨਾ ਕਦਰ ਪਿਆਰਾ ਦੀ ਨਿਕਲਦੇ ਸੋਨੇ ਦੀ ਫੀਲਿੰਗ ਲੈ ਗਏ, ਆ ਚੌਥੇ ਪੁੱਤਰ ਦੇ ਦਸ ਕਿਵੇਂ ਅੱਗ ਲਾਉਣੀ ਇਹਨਾਂ ਚੰਦਰੇ ਲੋਟਾਂ ਨੂੰ, ਤੇਰੀ ਚੁੱਪ ਨੇ ਚੰਦਰਿਆ, ਤੇਰੀ ਚੁੱਪ ਨੇ ਚੰਦਰਿਆ ਬੋਲਣ ਲਾਤਾ ਲੋਕਾਂ ਨੂੰ, ਦਾਦੋਂ ਲਈ ਫੇਰ ਆਹ ਗੱਭਰੂ ਧਿਆਨ ਵਰ ਤਿਆਰ ਹੈ, ਕਮਾਲ ਕਰ ਗਿਆ ਸਾਰੇ ਨੂੰ ਚੀਰ ਕੇ ਪਤਾਰੇ ਵਿੱਚ ਪਾਉਣਾ ਪੈਣਾ, ਮਸਲਾ ਹੱਲ ਕਰਨਾ ਪੈਣਾ, ਤੇ ਕਣੀ ਅੱਗੇ ਫੇਰ ਸਿਰ ਲੱਗਣੀ ਹੈ, ਇਹਦੇ ਫਾਈਨਲ ਲੈਣੇ ਇਹਨੇ ਨੀ ਪੱਗ ਨੇ ਭੁੱਗੀਆਂ ਲੱਗਣ ਲੈਣੀ, ਫਾਈਨਲ ਦੇਣਾ ਇਹਨੇ ਨੀ ਪੱਗ ਭੁੱਗੀਆਂ ਲੱਗਣ ਲੈਣੀ, ਆਓ ਸਾਹਮਣੇ ਬਾਬਾ ਵੀ ਫੇਰ ਮੁੰਡਾ ਕਹਿੰਦੇ ਤਿਆਰ ਵਾ ਤਿਆਰ ਮੇਰੇ ਗਏ, ਪਹਿਲੀ ਵਾਰ ਇਹ ਸਾਹਮਣੇ ਵੇਖਾਂਗੇ ਬਾਲ ਪਾਉਣ ਲਈ ਕਰੂ ਕਹਿੰਦੇ ਫੇਰ ਬਲ ਵਾਧਾ ਹੋਇਆ ਮੇਰੇ ਵੀਰੋ, ਇਸ ਸਮੇਂ ਕਹਿੰਦੇ ਫੇਰ ਬਲਾਂ ਦੇ ਅੰਦਰ ਵੀ ਮੈਚ ਬਹੁਤ ਤਗੜਾ ਇਸ ਸਮੇਂ ਖੇਡਿਆ ਜਾ ਰਿਹਾ ਹੈ, ਫੇਰ ਗਰਾਊਂਡ ਦੇ ਅੰਦਰ ਲਾਉ ਬਾਲ ਫੇਰ ਪਾਉਣ ਦੇ ਲਈ ਗੱਭਰੂ ਤਿਆਰ ਨਾ ਤਿਆਰ ਪਰ ਤਿਆਰ ਨਾ ਤਿਆਰ, ਪੈਂਤੀ ਬਣ ਕੇ ਵੀਰੇ ਕਮਾਲ ਕਰੀ ਜਾਂਦਾ, 83 ਰਹਿ ਗਏ, 14 ਛੱਕੇ 18 ਬਾਲਾਂ, ਰਵੀ ਕਹਿੰਦੇ ਦੂਰ ਪਰਦੇ ਦੀ ਧਰਤੀ ਹੈ ਮੇਰੇ ਵੀਰੋ, ਰਨ ਦੇ ਕੇ ਵਿਸ਼ੇ ਜੋੜਨਾ ਹੋਇਆ ਮੇਰੇ ਵੀਰੋ, ਫੇਰ ਮਰਾਂ ਦੇ ਅੰਦਰ ਬਾਲ ਪਾਉਣ ਲਈ ਫੇਰ ਜਦੋਂ ਕਹਿੰਦੇ ਤਿਆਰ ਕਰ ਤਿਆਰ ਹੈ ਸੁਮੀ, ਪੈਂਤੀ ਹੋ ਗਏ ਵੀਰੇ, ਪੈਂਤੀ ਪੈਂਤੀ ਬਣ ਗਏ, ਪੈਂਤੀ ਪੈਂਤੀ ਬਣ ਗਏ, ਲੈ ਵੀ ਰੂਪ ਹੈ ਜਿਹੜਾ ਪੈਂਤੀ ਬਣ ਗਏ, ਆਹ ਵੇਖ ਬਹੁਤ ਬੜਾ ਧੰਨਵਾਦ ਹੈ ਸਾਡੇ ਭਰਾਵਾਂ ਦਾ, ਜਿੰਨੇ ਭਰਾ ਲੈ ਵੀ ਜਿੰਨੇ ਭਰਾਵਾਂ ਨੇ ਡਿਊਟੀਆਂ ਸਮੇਂ ਹੈ ਇਹਨੇ ਮੇਲੇ ਦੀ ਹੈ, ਸਾਰੇ ਭਰਾਵਾਂ ਧੰਨਵਾਦ ਹੈ ਹੋਰ ਤਰੀਕ ਨੂੰ ਹਲੇ ਕਰਨ ਲਈ ਬਹੁਤ ਹੀ ਬਾਕੀ ਹੈ, ਹੋਰ ਨੀ ਆਉਣਾ ਹੈ ਧਰਮ ਕੋਲ ਵੇਖ ਸਾਹਮਣੇ ਕੌਣ ਆ,
ਮੇਰੇ ਸ਼ੇਅਰ ਤੇ ਲਾਈਕ ਕਰ ਦੋ, ਮੇਰੇ 10,000 ਤੁਸੀਂ ਇਸ ਮੈਚ ਦੇ ਵਿੱਚ ਮੇਰੇ ਫਾਲੋਅਰ ਪੂਰੇ ਕਰ ਸਕਦੇ ਹੋ ਆਪਣੇ, ਜਿਹਨਾਂ ਨੇ ਫਾਲੋ ਨਹੀਂ ਕੀਤਾ ਹੋਇਆ ਪੰਜਾਬ ਸਪੋਰਟਸ ਲਾਈਵ ਪੇਜ ਨੂੰ ਮੇਰੇ ਫਾਲੋ ਜ਼ਰੂਰ ਕਰ ਲਓ, ਤੁਹਾਨੂੰ ਨੋਟੀਫਿਕੇਸ਼ਨ ਉੱਤੇ ਆ ਜਾ ਕਰੂਗਾ ਕਿਉਂਕਿ ਲਾਈਵ ਆਉਣਾ ਆਪਾਂ ਇਸੇ ਪੇਜ ਤੇ ਕਰਿਆ ਕਰਾਂਗੇ। ਬਹੁਤ ਵਧੀਆ ਬਾਲਰ ਜਗਰਾਓ ਮੰਡੀ ਦਾ ਵੀਰੇ ਨਾਲ ਸਾਹਮਣੇ ਮੇਰੇ ਬਾਹਰ ਪਾਉਣ ਲਈ ਖਬਰੂ ਫੇਰ ਤਿਆਰ ਕਰ ਤਿਆਰ ਹੈ ਮੇਰੇ ਫੇਰ ਮੈਦਾਨ ਦੇ ਅੰਦਰ ਉਧਰਲੇ ਪਾਸੇ ਰਵੀ ਨੂਰਪੁਰ ਪੇੜ ਦੀ ਧਰਤੀ ਦਾ ਸਤਵੰਜਾ ਹੋ ਗਏ ਸਤਵੰਜਾ ਬਣ ਗਿਆ ਸਤਵੰਜਾ ਅੰਦਰ
57 ਵੱਜ ਗਏ। ਬਹੁਤ ਬੜਾ ਧੰਨਵਾਦ ਹੈ ਸਰ ਜੀ। ਗੋਪੀ ਸੱਜੋ ਮਾਜਰਾ ਇਟਲੀ ਤੋਂ ਲਾਈਵ ਜੁੜਿਆ ਹੋਇਆ ਸਾਡਾ ਭਰਾ, ਕਿੰਨੇ ਦਿਨ ਕਿੰਨੇ ਰਹਿਣ ਨੂੰ ਵੀ ਦੱਸਦੇ ਹੁਣ, ਇਹ ਵੀ ਦੱਸ ਲੱਗਣਾ ਕਿੰਨੇ ਦਿਨ ਕਿੰਨੇ ਬਾਕੀ ਹੈ। ਸੋਈਆਂ ਲਵਰੇ ਮੈਕਸਵੈਲ ਨੇ ਰਨ ਮਾਰਤੇ, ਅਮਰਤ ਨੇ, ਮਣੀ ਨੇ, ਸਾਰਿਆਂ ਨੇ ਰਨ ਮਾਰੇ। ਬੱਬਲ ਆਇਆ ਮਗਰੋਂ ਪੌਣੇ ਤਿੰਨ ਚਾਰ ਛੱਕੇ ਦਰ ਤੇ ਆ ਕੇ ਕੁੱਲ ਮਿਲਾ ਕੇ ਸਾਰਿਆਂ ਨੇ ਰਨ ਮਾਰੇ। ਵੀਰੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀਰੇ ਇਹਨੇ ਕਿੰਨੇ ਰਨ ਮਾਰੇ, ਤੁਹਾਡੀ ਸਕਰੀਨ ਤੇ ਸ਼ੋਅ ਵੀ ਕਰਨਗੇ। ਆਹੋ ਦੇਖ ਲੋ ਵੀਰੇ 40, 43, 18, 12 ਆਹ ਬੈਟਿੰਗ ਆ ਗਈ। ਅੱਜ ਟੁੱਟ ਡੱਬਾ ਹੋਣਾ ਚਾਹੀਦਾ ਲਈ ਪਿਆਰ ਵਰਤਿਆ ਨੇ ਮੱਝ ਦੀ ਧਰਤੀ ਦਾ ਪੜ ਸਕਦੀ ਆ ਗੱਲ ਹੁਣ 12 ਬਾਲਾਂ ਚ 9 ਛੱਕੇ ਰਹਿ ਗਏ। ਤਿਆਰ ਹੈ ਗੱਭਰੂ ਮੇਰੇ ਵੀਰੋ, ਖੇਡ ਬਣਾ ਦੇ ਅੰਦਰ ਇਧਰਲੇ ਪਾਸੇ ਕੋਈ ਗੁੱਸਾ ਨਾ ਕਰਿਓ ਯਾਰ ਆਪਣਾ ਸੁੱਖੀ ਵਾਈਡ ਆ ਗਈ ਕਰਿਓ ਵੀਰੇ ਸ਼ੇਅਰ ਮੇਰੇ ਭਰਾ ਪੇਜ ਨੂੰ ਫੋਲੋ ਕਰ ਲਓ। ਆਹ ਮੈਚ ਤੁਸੀਂ 10,000 ਕੰਪਲੀਟ ਵੀ ਕਰ ਸਕਦੇ ਹੋ ਫੋਲੋਵਰ ਵੀਰੇ। 47 ਰਹਿ ਗਏ, 10 ਬਾਲਾਂ 41 ਲੁਧਿਆਣੇ ਵਾਲਾ ਇਸ ਨੇ ਪਿਆਰ ਵਾ ਪਿਆਰ ਹੈ ਚੋਨੀ ਦੇ ਸਾਜਾ ਹੁਣ ਪਏ ਆ 35 ਰਹਿ ਗਿਆ 8 ਬਾਲਾਂ ਚ ਸਾਹਮਣੇ ਲੁਕਣ ਦੀ ਧਰਤੀ ਦਾ
8 ਵਾਲਾ ਚ ਕਰ ਦੋ ਵੀਰੇ ਮੈਂਸ਼ਨ ਜਿਹਨੂੰ ਕਰਨਾ ਮੇਰੇ ਭਰਾ ਗੁੱਸਾ ਨਾ ਕਰੋ ਮੇਰੇ ਬੋਲਣ ਦਾ ਆਪਾਂ ਇੱਦਾਂ ਹੀ 8 ਵਾਲਾ 29 ਰਹਿ ਗਿਆ 8 ਵਾਲਾ 5 ਛੱਕੇ 5 ਰਹਿ ਗਿਆ 29 ਲਓ ਸਾਹਮਣੇ ਮੇਰੇ ਵੀਰੋ ਮੁਕਾਬਲਾ ਕਹਿੰਦੇ ਝੋਟੀ ਦਾ ਇੱਧਰ ਫੇਰ ਹਰ ਹੇ ਮੇਰਾ ਰੱਬਾ ਚਾਰ ਬਾਲਾ 33 ਆ ਗਏ ਬੱਬਲ ਨੂੰ ਅੱਜ ਕਹਿੰਦੇ ਪੈਰ ਸਮੋਸੇ ਦਿੱਤੀਆਂ ਚੱਟਾਂ ਮੇਰੇ ਵੀਰੋ ਅਮਰਜੀਤ ਭਾਈ ਨੇ ਲਓ ਸਾਹਮਣੇ ਮੇਰੀ ਬਾਹਰ ਸੋਹਣੇ ਬਾਈ 39 ਆਏ ਸੀ ਲੱਗਦੇ ਨੂੰ 45 ਆਉਣਗੇ ਅਮਰਜੀਤ ਭਾਜੀ ਆਓ ਪਿਆਰ ਕਰਦੀ ਰਣ ਬਾਈ ਬਾਕੀ ਵੀਰੇ 7 ਬਾਲਾ ਬਾਈ ਕਰ ਲਓ ਕੁੰਡਾ ਕਿਨੇ ਲੁਕੇ ਬਾਈ ਰਣ ਰਹਿ ਗਏ ਹੁਣ ਸਿਰਫ 7 ਬਾਲਾਂ ਦੇ ਵਿੱਚ ਮੈਚ ਦਾ ਪਾਸਾ 2 ਬਾਲ ਨੇ ਭੱਜ ਕੇ ਰੱਖਿਆ ਕਹਿੰਦਾ ਤੇ ਵੀ 2 ਬਾਲ ਨਹੀਂ ਕਰਨੀ ਚਾਹੀਦੀ ਆ ਗਿਆ 18 ਰਹਿ ਗਏ 18 ਰਹਿ ਗਏ ਪਲੇਅਰ ਆਫ ਦੀ ਡੇ ਧੁੰਨਾ ਲੁਧਿਆਣਾ ਜਾ ਸਕਦਾ ਸਿਰਫ 3 ਛੱਕੇ 2 ਬਾਲ ਮੈਚ ਕੀ ਜਿਵੇਂ ਖੁਦ ਜ਼ਿੰਦਗੀ 18 ਰਹਿ ਗਏ ਵੀਰੇ ਕਿੱਥੋਂ ਤੋਂ ਕਿੱਥੇ ਆ ਗਿਆ ਮੈਚ ਵੀਰੇ ਆ ਵੇਖੋ ਯਾਰ ਤੁਸੀਂ ਮੈਚ ਦੇ ਸਕੋਰ ਦੇਖੋ 117 ਦੇ 100 ਵੇਖੋ ਯਾਰ ਤੁਸੀਂ ਪਾਰਟਨਰਸ਼ਿਪ ਦੇਖੋ ਇਹਨਾਂ ਦੀ ਸ਼ੇਅਰ ਕਰ ਦੋ ਥੋੜੇ ਥੋੜੇ ਨਾਲੇ ਪੇਜ ਨੂੰ ਫੋਲੋ ਕਰ ਲੋ ਲਾਈਕ ਕਰ ਲੋ ਵੀਰੇ ਪੰਜ ਵਾਲਾ 16 ਇਧਰਲੇ ਪਾਸੇ ਕੌਣ ਆ ਗਿਆ
ਧੰਦਾ ਕਹਿੰਦੀ ਦੁਨੀਆ ਮੇਰੇ ਬਾਲ ਪਾਉਣ ਲਈ ਮੁੰਡਾ ਤਿਆਰ ਕਰਕੇ ਆ ਰਹੇ ਮੇਰੀ ਬਾਜੇ ਦੀ ਧਰਤੀ ਦਾ ਮੇਲ ਮਰਾਨ ਦੇ ਅੰਦਰ ਇੱਕ ਧੁਨਾ ਮੇਰੇ ਲੁਧਿਆਣੇ ਦੀ ਧਰਤੀ ਦੇ ਮੇਲ ਚਾਰਾਂ ਦੇ ਵਿੱਚ ਦਸ ਰਹਿ ਗਏ ਬਾਈ ਚਾਰਾਂ ਦੇ ਵਿੱਚ ਦਸ ਰਹਿ ਗਏ ਬਹੁਤ ਤਗੜਾ ਖੇਡੀ ਸੋਈਆਂ ਦੀ ਟੀਮ ਜਰੂਰ ਕਮੈਂਟ ਕਰਕੇ ਹੌਸਲਾ ਦਿਓ ਟੀਮ ਦਾ ਬਹੁਤ ਤਗੜਾ ਖੇਡੇ ਮੁੰਡੇ ਸੋਈਆਂ ਵਾਲੇ ਯਾਰ ਅੱਜ ਸਾਰੇ ਮੈਚਾਂ ਦੇ ਵਿੱਚ ਤਾਬੜ ਤੋੜ ਬੱਲੇਬਾਜ਼ੀ ਬੋਲਿੰਗ ਕੀਤੀ ਕਿਵੇਂ ਲੱਗੀ ਬੈਟਿੰਗ ਵੀਰੇ ਧੁੰਨੇ ਦੀ ਜਰੂਰ ਦੱਸਿਓ ਸਿਰਾ ਗਰਾਦਾ ਧੁੰਨੇ ਨੇ ਬਾਈ ਯਾਰ ਮੋਟਰਸਾਈਕਲ ਦੇ ਸਭ ਤੋਂ ਅੱਗੇ ਬਹਿ ਗਿਆ ਕਹਿ ਸਕਦੇ ਉਦੋਂ ਰਵੀ ਧੁੰਨਾ ਸਿਰਾ ਕਰਾ ਗਿਆ ਬਾਈ ਯਾਰ ਬਹੁਤ ਤਗੜਾ ਮੈਚ ਲੱਗਿਆ ਬਾਈ ਮਿਲਦੇ ਅਗਲੇ ਮੈਚ ਦੇ ਅਗਲਾ ਮੈਚ ਇਦੂ ਵੀ ਤਗੜਾ ਜਗਰਾਓ ਮੰਡੀ ਤੇ ਆਦਮਪੁਰ ਕੋਈ ਗਲਤੀ ਹੋਵੇ ਬਾਹਰ ਭਾਵੇਂ ਸ਼ਬਦਾਂ ਚ ਬੋਲਿਆ ਗਿਆ ਮਾਫ਼ੀ ਦੇਵੇ ਰਾਜੇ ਲਗੀ ਨੀ ਕਿ